ਸਭ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਪਿਆਰੇ ਦੋਸਤੋ ਮੈਂ ਹਾਂ ਸਰਬਜੀਤ कौर ਪੰਜਾਬ ਤੋਂ ਪੀਐਸਐਸਐਮ ਬਲੇਸਿੰਗਸ ਆਡੀਓ ਟੀਮ ਵੱਲੋਂ ਇਹ ਮੇਰੀ ਆਡੀਓ ਨੰਬਰ 2 ਹੈ ਜਿਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ ਬ੍ਰਹਮ ਰਿਸ਼ੀ ਸੁਭਾਸ਼ ਪਤਰੀ ਸਰ ਦੇ ਸੰਦੇਸ਼ਾਂ ਵਾਲੀ ਕਿਤਾਬ ਆਤਮ ਯੋਗੀ ਬਣੋ ਬਰੇ ਇਹਦੇ ਵਿੱਚੋਂ ਸੰਦੇਸ਼ ਦਰਜ ਨੇ ਪਿਆਰੇ ਸਾਥੀਓ ਜਿਹੜੇ ਸਰ ਨੇ ਤੇਲ ਕੋ ਵਿੱਚ ਦਿੱਤੇ ਸੀ ਜਿੰਨਾ ਧੰਨਵਾਦ ਪਹਿਲਾਂ ਹਿੰਦੀ ਵਿੱਚ ਕੀਤਾ ਗਿਆ ਤੇ ਫਿਰ ਪੰਜਾਬੀ ਵਿੱਚ ਕੀਤਾ ਗਿਆ ਅੱਜ ਆਪਾਂ ਗੱਲ ਕਰਾਂਗੇ ਤੀਜੇ ਧਿਆਨ ਮਹਾ ਚੱਕਰ ਦੌਰਾਨ ਜੋ ਕਿ 2012 ਨੂੰ ਮਹੇਸ਼ਵਰ ਮਹਾਪਿਰਾਮਿਡ ਕਰਤਾਲਵਕੇ ਹੋਇਆ ਸੀ ਉਹਦੇ ਵਿੱਚ 25 ਦਸੰਬਰ ਨੂੰ ਉਹਨਾਂ ਨੇ ਸੰਦੇਸ਼ ਦਿੱਤਾ ਸੀ ਜਿਹਦਾ ਸ਼ੀਰਸ਼ਕ ਹੈ ਦਿਵਯ ਦ੍ਰਿਸ਼ਟੀ ਜਾਗਰਤ ਕਰਿਏ ਇਹਦੇ ਵਿੱਚ ਸਰ ਕਹਿੰਦੇ ਨੇ ਵੀ ਜੀਸਸ ਨੇ ਕਿਹਾ ਸੀ ਬ੍ਰਹਮਾਣਡ ਦੇ ਅਨੇਕ ਤਲ ਨੇ ਤਨੇਕਾ ਨੇਕ ਲੋਕ ਨੇ ਤੇ ਸਾਡਾ ਇਹ ਭੂਮੰਡਲ ਜੋ ਹੈ ਇਹ ਤੀਜੇ ਤਲ ਤੇ ਹੈ ਇੱਥੋਂ ਆਪਾਂ ਚੌਥੇ ਪੰਜਵੇਂ ਤੇ ਉੱਪਰ ਦੇ ਤਲਾਂ ਨੂੰ ਦੇਖ ਨਹੀਂ ਸਕਦੇ ਪਰ ਜੇ ਸਾਡੀ ਤਿਵਿ ਦ੍ਰਿਸ਼ਟੀ ਜਾਗਰਤ ਹੋ ਜਾਂਦੀ ਹੈ ਤਾਂ ਸਾਨੂੰ ਪਤਾ ਲੱਗਦਾ ਮੈਂ ਅਨੰਤ ਲੋਕਾਂ ਤੋਂ ਆਈ ਹੋਈ ਆਤਮਾ ਮੈਂ ਪੂਰਣਾਤਮਾ ਤੋਂ ਆਈ ਹੋਈ ਅੰਸ਼ ਆਤਮਾ ਆਪਾਂ ਹਮੇਸ਼ਾ ਇਸ ਧਰਤੀ ਤੇ ਬਾਰੇ ਚ ਹੀ ਸੋਚਦੇ ਆਂ ਤੇ ਕੂ ਦੇ ਟੱਟ ਵਾਂਗੂ ਬਰੇ ਨੇ ਹੁਣ ਪ੍ਰਸ਼ਨ ਇਹ ਉੱਠਦਾ ਹੈ ਵੀ ਅਗਿਆਨ ਦੇ ਸਕੂ ਤੋਂ ਬਾਹਰ ਆਈਏ ਕਿਵੇਂ ਕਹਿੰਦੇ ਮੈਂ ਤੇ ਮੇਰਾ ਤੋਂ ਬਾਹਰ ਆਉਣ ਨਾਲ ਹੀ ਆਪਾਂ ਅਗਿਆਨ ਦੇ ਸਕੂ ਤੋਂ ਬਾਹਰ ਆ ਸਕਦੇ ਹਾਂ ਜਦੋਂ ਤੱਕ ਸਾਡੀਆਂ ਦੋਵੇਂ ਅੱਖਾਂ ਇੱਕ ਨਹੀਂ ਹੋ ਜਾਂਦੀਆਂ ਉਦੋਂ ਤੱਕ ਆਪਾਂ ਇਸ ਅਗਿਆਨ ਦੇ ਕੂਚੋਂ ਬਾਹਰ ਨਹੀਂ ਆ ਸਕਦੇ ਹੁਣ ਪ੍ਰਸ਼ਨ ਉੱਠਾ ਉੱਠਦਾ ਹੈ ਵੀ ਇਹ ਦੋ ਅੱਖਾਂ ਕਿਹੜੀਆਂ ਨੇ ਚਰਮ ਚਕਸ਼ੂ ਤੇ ਮਨੋ ਚਕਸ਼ੂ ਇੱਕ ਸਾਟੀਆਂ ਹੈ ਚਰਮ ਅੱਖਾਂ ਜਿਹੜੀਆਂ ਸਾਨੂੰ ਪਰੋਂ ਨਜ਼ਰ ਆਉਂਦੀਆਂ ਨਹੀਂ ਇੱਕ ਮਨੋ ਅੱਖਾਂ ਇਹ ਦੋਨੇ ਅੱਖਾਂ ਨੂੰ ਆਪਾਂ ਨੇ ਬਦਲ ਲੈ ਦਿੱ ਫੁ ਦ੍ਰਿਸ਼ਟੀ ਚ ਜਿਹਦੇ ਨਾਲ ਆਪਾਂ ਹੋਰ ਬਹੁਤ ਸਾਰੇ ਲੋਕਾਂ ਨੂੰ ਵੀ ਦੇਖ ਸਕਦੇ ਹਾਂ ਹੁਣ ਅੱਗੇ ਪ੍ਰਸ਼ਨ ਉੱਠਦਾ ਹੈ ਵੀ ਧਿਆਨ ਚ ਆਪਾਂ ਇਹ ਅੱਖਾਂ ਬੰਦ ਕਿਉਂ ਕਰਦੇ ਹਾਂ ਕਿਉਂਕਿ ਸਾਥੀਓ ਜਦੋਂ ਤੱਕ ਸਾਡੇ ਇਹ ਚਰਮ ਚਕਸ਼ੂ ਚਰਮ ਅੱਖਾਂ ਖੁੱਲੀਆਂ ਨਹੀਂ ਉਦੋਂ ਤੱਕ ਆਪਾਂ ਆਪਣੇ ਮਨੋ ਚਕਸ਼ੂ ਅੰਝ ਪ੍ਰਵੇਸ਼ ਨਹੀਂ ਕਰ ਸਕਦੇ ਤੇ ਆਪਣੇ ਮਨੋ ਚਕਸ਼ੂ ਵਿੱਚ ਪ੍ਰਵੇਸ਼ ਕਰਨ ਲਈ ਸਾਨੂੰ ਸਾਡੇ ਚਰਮ ਚਕਸ਼ੂ ਜਿਹੜੇ ਨੇ ਬੰਦ ਕਰਨੇ ਹੀ ਪੈਣੇ ਨੇ ਤੇ ਅੱਗੇ ਮਨ ਨੂੰ ਸੁਣਨਾ ਇਹ ਦੂਜਾ ਚਰਨ ਹੈ ਜੋ ਗੁਜ਼ਰ ਗਿਆ ਉਹ ਆਪਾਂ ਮਨੋ ਚਕਸ਼ੂ ਤੋਂ ਦੇਖ ਸਕਦੇ ਹਾਂ ਮਨੋ ਚਕਸ਼ੂ ਨੂੰ ਬੰਦ ਕਰਨ ਦੇ ਲਈ ਸ਼ਵਾਸਾਂ ਦੇ ਉੱਪਰ ਆਪਾਂ ਧਿਆਨ ਕਰਨਾ ਹੈ ਸ਼ਵਾਸਾਂ ਦੇ ਨਾਲ ਇੱਕ ਹੋਣ ਨਾਲ ਮਨ ਵਿਚਾਰਾਂ ਤੋਂ ਭਰੇ ਹੋ ਜੂਗਾ ਫਿਰ ਆਪਾਂ ਉਸ ਦਿਵਯ ਚਕਸ਼ੂ ਦਿਵਯ ਦ੍ਰਿਸ਼ਟੀ ਵਿੱਚ ਪ੍ਰਵੇਸ਼ ਕਰ ਸਕਦੇ ਹਾਂ ਤੇ ਦਿਵਯ ਦ੍ਰਿਸ਼ਟੀ ਵਿੱਚ ਪ੍ਰਵੇਸ਼ ਕਰਨਾ ਅਧਿਆਤਮਿਕਤਾ ਹੈ ਮਨ ਸੁਣ ਹੋਣਾ ਭਾਵ ਮੈਂ ਮੇਰਾ ਪਤੀ ਪਤਨੀ ਬੱਚੇ ਰਾ ਕ੍ਰਿਸ਼ਨ ਕੋਈ ਤਰਮ ਕੋਈ ਮੰਤਰ ਮੰਚਣਾ ਹੋਵੇ। দিব্য দৃষ্টি ਨਾਲ ਦੇਖਣ ਤੋਂ ਹੀ ਪਤਾ ਲੱਗਦਾ ਹੈ ਵੀ ਮੈਂ ਇੱਕ ਆਤਮਾ। ਜਦੋਂ ਤੱਕ ਸਾਡੀਆਂ ਇਹ ਦੋ ਅੱਖਾਂ ਇੱਕ ਨਹੀਂ ਹੋ ਜਾਂਦੀਆਂ ਉਦੋਂ ਤੱਕ ਆਪਾਂ ਪਰਮਾਤਮਾ ਦੇ ਰਾਜ ਵਿੱਚ ਪ੍ਰਵੇਸ਼ ਨਹੀਂ ਕਰ ਸਕਦੇ ਤੇ ਅ ਗਿਆਨ ਦੇ ਖੂਚੋਂ ਬਾਹਰ ਨਹੀਂ ਆ ਸਕਦੇ। ਜਿਵੇਂ ਇੱਕ ਰੁੱਖ ਦੇ ਬਹੁਤ سارے ਪੀਜ ਹੁੰਦੇ ਨੇ। ਬੀਜ ਤੇ ਰੁੱਖ ਇੱਕ ਹੀ ਨੇ ਕਿਉਂਕਿ ਬੀਜ ਤੋਂ ਹੀ ਤਾਂ ਰੁੱਖ ਬਣਦਾ ਹੈ ਬੀਜ ਦਿਖਣ 'ਚ ਛੋਟਾ ਹੈ ਪਰ ਉਹਦੇ ਅੰਦਰ ਇੱਕ ਵੱਡਾ ਰੁੱਖ ਛੁਪਿਆ ਹੋਇਆ ਹੁੰਦਾ ਹੈ ਇਸੇ ਤਰ੍ਹਾਂ ਆਪਾਂ ਵੀ ਉਸ ਪਰਮਾਤਮਾ ਤੋਂ ਆਈ ਹੋਈ ਅंश ਆਤਮਾ ਇਸ ਲਈ ਜੀਸਸ ਨੇ ਕਿਹਾ ਮੈਂ ਤੇ ਪਰਮਾਤਮਾ ਇੱਕ ਹੀ ਆਂ ਤੁਸੀਂ ਤੇ ਮੈਂ ਵੀ ਇੱਕ ਆਂ ਆਪਣੇ 'ਚ ਕੋਈ ਫਰਕ ਨਹੀਂ ਮੈਂ ਜੋ ਕੀਤਾ ਹੈ ਮੇਰੇ ਤੋਂ ਕਈ ਗੁਣਾ ਬਿਹਤਰ ਤੁਸੀਂ ਕਰ ਸਕਦੇ ਹਾਂ। ਉਹ ਜੀਸਸ ਕਰ ਸਕਦੇ ਨੇ ਤਾਂ ਆਪਾਂ ਵੀ ਤਾਂ ਕਰ ਸਕਦੇ ਹਾਂ। ਜੇ ਇੱਕ ਸਿਧਾਰਥ ਬੁੱਧ ਬਣ ਸਕਦਾ ਹੈ ਤਾਂ ਧਿਆਨ ਕਰਕੇ ਆਪਾਂ ਵੀ ਤਾਂ ਬੁੱਧ ਬਣ ਸਕਦੇ ਹਾਂ। ਉਹਦੇ ਲਈ ਚਾਹੀਦਾ ਕੀ ਹੈ ਪਿਆਰੇ ਸਾਥੀਓ? ਸ਼ਰਧਾ ਤੇ ਪੱਕਾ ਨਿਸ਼ਚੈ। ਚਾਹਤ ਜਨ ਨਾਲ ਆਪਾਂ ਇਸਾਈ ਨਹੀਂ ਬਣ ਸਕਦੇ। ਮੰਦਰ ਜਾਣ ਨਾਲ ਆਪਾਂ Hindu ਨਹੀਂ ਹੋ ਜਾਂਦੇ। ਮਸਜਿਦ ਜਾਣ ਨਾਲ ਮੁਸਲਮਾਨ ਨਹੀਂ ਬਣ ਜਾਂਦੇ ਗੁਰਦੁਆਰੇ ਜਾਣ ਨਾਲ ਸਿੱਖ ਨਹੀਂ ਬਣ ਜਾਂਦੇ ਜਿਵੇਂ ਤਬਲਾ ਸਿਰ ਤੇ ਰੱਖ ਕੇ ਘੁੰਮਣ ਵਾਲਾ ਆਪਾਂ ਤਬਲਾਵਾਦਕ ਨਹੀਂ ਬਣ ਜਾਂਦੇ ਜੀਵ ਜੰਤੂਆਂ ਦੀ ਹੱਤਿਆ ਕਰਕੇ ਆਪਾਂ ਖੁਦ ਨੂੰ ਈਸਾਈ Hindu ਮੁਸਲਮਾਨ ਸਿੱਖ ਕਹਿੰਨੇ ਆ ਇਹਦਾ ਮਤਲਬ ਤਾਂ ਇਹੀ ਹੈ ਵੀ ਹਲੇ ਤੱਕ ਆਪਾਂ ਜਿਉਣਾ ਸਿੱਖਿਆ ਹੀ ਨਹੀਂ ਫਿਰ ਆਪਾਂ ਉਹ ਤੇਵਾ ਆਤਮਾ ਕਦੋਂ ਬਣਾਂਗੇ ਸਾਰਾ ਕੁਝ ਜਾਣਦੇ ਹੋਏ ਵੀ ਆਪਾਂ ਜਾਣ ਬਣੇ ਕੁੰਮ ਰਹੇ ਹਾਂ ਤਾਂ ਉਸ ਪਰਮਾਤਮਾ ਦੇ ਰਾਜ ਚ ਕਦੋਂ ਪ੍ਰਵੇਸ਼ ਹੋਵਾਂਗੇ ਦੇਵਰਾਜ ਦਾ ਆਪਾਂ ਹਮੇਸ਼ਾ ਕਹਿੰਨੇ ਆ ਪਰ ਕੀ ਕਦੇ ਕਿਸੇ ਨੇ ਉਸ ਦੇਵਰਾਜ ਨੂੰ ਦੇਖਿਆ ਵੀ ਹੈ ਬੁੱਧ ਜਾਂ ਜੀਜ਼ਸ ਦੀ ਮੂਰਤੀ ਰੱਖ ਕੇ ਪੂਜਾ ਕਰਨ ਨਾਲ ਆਪਾਂ ਉਸ ਦੇਵਰਾਜ ਪਰਵੇਸ਼ ਨਹੀਂ ਕਰ ਸਕਦੇ ਹਾਂ ਉਹਨਾਂ ਦੇ ਦੱਸੇ ਹੋਏ ਰਸਤੇ ਤੇ ਚੱਲਣ ਨਾਲ ਕਰ ਸਕਦੇ ਆ ਅਹਿੰਸਾ ਦਾ ਪਾਲਣ ਕਰਕੇ ਤੇ ਧਿਆਨ ਕਰਕੇ ਆਪਾਂ ਉਸ ਦੇਵਰਾਜ ਵਿੱਚ ਪ੍ਰਵੇਸ਼ ਕਰ ਸਕਦੇ ਹਾਂ ਜੀਸਸ ਨੇ 11 ਸਾਲ ਦੀ ਉਮਰ ਤੋਂ ਹੀ ਧਿਆਨ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਉਹ ਆਤਮ ਗਿਆਨੀ ਬਣ ਗਏ ਤੇ ਉਹਨਾਂ ਨੇ ਲੋਕਾਂ ਦਾ ਮਾਰਗਦਰਸ਼ਨ ਕਰਨਾ ਸ਼ੁਰੂ ਕੀਤਾ ਹੁਣ ਹਨੇਰੇ ਦਾ ਯੁੱਗ ਖਤਮ ਹੋਇਆ ਤੇ પ્રકાશ ਦਾ ਯੁੱਗ ਸ਼ੁਰੂ ਹੋ ਚੁੱਕਿਆ ਹੈ ਸਰ ਕਹਿੰਦੇ ਨੇ इक्की दसंबर दो हज़ार बारह न्यान कैलेंडर का आखिरी दिन से मैं यानी माया समा ही माया है। कल युग ख़त्म हो गया है तो युग का आरंभ हो गया है श्री विष्णु शेष नाग के उपर आराम कर रहे ने नाग यानी समा जो समय तो बाहर आ गया वही है आत्म ज्ञानी श्री विष्णु समय ਦੇ ਬੰਧਨ ਤੋਂ ਬਾਹਰ ਨਹੀਂ ਇਸ ਲਈ ਉਹ ਹਰ ਸਮੇਂ ਆਰਾਮ ਦੀ ਅਵਸਥਾ ਚ ਰਹਿੰਦੇ ਨੇ ਆਤਮ ਗਿਆਨੀ ਬਣ ਕੇ ਆਪਾਂ ਵੀ ਸਮੇਂ ਦੇ ਉਸ ਬੰਧਨ ਤੋਂ ਬਾਹਰ ਆ ਸਕਦੇ ਹਾਂ ਭਗਵਾਨ ਬਣਨ ਲਈ ਆਪਾਂ ਆਪਣੇ ਮਨ ਨੂੰ ਸੁਣਨਾ ਹੈ ਤੇ ਮਨ ਨੂੰ ਸੁਣ ਕਰਨ ਲਈ ਆਪਾਂ ਆਪਣੇ ਸਾਹ ਨਾਲ ਦੋਸਤੀ ਕਰਨੀ ਹੈ ਜਦੋਂ ਤੱਕ ਆਪਾਂ ਆਪਣੇ ਮਨ ਦੇ ਗੁਲਾਮ ਨਹੀਂ ਬਲਕਿ ਮਾਲਕ ਬਣ ਜਾਵਾਂਗੇ ਤੇ ਇਹ ਜਾਣ ਲਵਾਂਗੇ ਕਿ ਮੈਂ ਸ਼ਰੀਰ ਨਹੀਂ ਆਤਮਾ ਤੇ ਇਹ ਸੱਚ ਜਾਣਨ ਲਈ ਆਪਾਂ ਇਸ ਧਰਤੀ ਤੇ ਆਏ ਆ ਪਿਆਰੇ ਸਾਥੀਓ ਮੈਨੂੰ ਇਹਨੇ ਪਿਆਰ ਸਬਰ ਤੇ ਸ਼ਾਂਤ ਦੀ ਨਾ ਸੁਣਨ ਲਈ ਬਹੁਤ ਬਹੁਤ ਧੰਨਵਾਦ ਜਲਦੀ ਹੀ ਆਪਾਂ ਅਗਲੀ ਆਡੀਓ ਨਾਲ ਫੇਰ ਮਿਲਾਂਗੇ